ਤੇ ਲਗਾਤਾਰ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਸ਼ਰਾਰਤੀ ਅੰਸਰਾਂ ਅਤੇ ਜਿਹੜੇ ਗੈਂਗਸਟਰ ਦੇ ਨਾਲ ਐਸੋਸੀਏਟ ਹੈਗੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਣ ਲਈ ਤਤਪਰ ਹੈਗੇ ਨੇ ਔਰ ਲਗਾਤਾਰ ਉਹਨਾਂ ਉੱਤੇ ਨਕੇਲ ਕੱਸਦਿਆਂ ਹੋਇਆ ਪੁਲਿਸ ਵੱਲੋਂ ਹੁਣ ਇੱਕ ਹੋਰ ਜਿਹੜੇ ਵਿੱਕੀ ਗੌਂਡਰ ਦੇ ਐਸੋਸੀਏਟ ਸੀਗੇ ਸੁਰਿੰਦਰ ਉਹਨੂੰ ਗ੍ਰਿਫਤਾਰ ਕੀਤਾ ਹੈ। ਸਾਡੇ ਨਾਲ ਪੁਲਿਸ ਕਮਿਸ਼ਨਰ ਸੋਭਨ ਸ਼ਰਮਾ ਹੈਗੇ ਨੇ, ਗੱਲਬਾਤ ਕਰਦੇ ਹਾਂ। ਸਰ, ਕਿਵੇਂ ਇਤਲਾਹ ਮਿਲੀ ਸੀਗੀ ਅਤੇ ਕੀ ਬਰਾਮਦਗੀ ਹੋਈ ਹੁਣ ਤੱਕ? ਬਰਾਮਦਗੀ, ਇਸ ਵਿਅਕਤੀ ਤੋਂ 3 ਕੰਟਰੀ ਮੇਡ ਵੈਪਨ ਮਿਲੇ, ਕੁਛ ਜ਼ਿੰਦਾ ਕਾਰਤੂਸ ਵੀ ਹੈ, 250 ਤੋਂ ਜ਼ਿਆਦਾ ਗ੍ਰਾਮ ਹੀਰੋਇਨ ਵੀ ਬਰਾਮਦ ਹੋਈ ਹੈ ਅਤੇ ਇਹਦਾ ਨਾਂ ਸੁਰਿੰਦਰ ਹੈ। ਇਹ ਭਾਣਾ ਜਿਹੜਾ ਕੈਟੇਗਰੀ ਹੈ ਗੈਂਗਸਟਰ ਹੈ ਉਹਦਾ, ਦਲਜੀਤ ਭਾਣਾ, ਉਹਦਾ ਬਹੁਤ ਕਲੋਜ਼ ਐਸੋਸੀਏਟ ਹੈ। ਬਾਹਰ ਰਹਿ ਕੇ ਉਹਦੇ ਕੰਮ ਇਹ ਕਰਦਾ ਸੀਗਾ, ਇਕੱਠੇ ਵੀ ਕਰਦੇ ਸੀਗੇ ਅਤੇ ਓਰਿਜਨਲੀ ਇਹ ਗੌਂਡਰ ਦੇ ਨਾਲ ਐਸੋਸੀਏਟਡ ਸੀਗੇ ਅਤੇ 15 ਪਰਚੇ ਦੇ 'ਤੇ ਦਰਜ ਹੈ। 3 ਪਰਚਿਆਂ 'ਚ ਇਹ PO ਹੈ, ਪ੍ਰੋਕਲੇਮਡ ਅਫੈਂਡਰ ਹੈ। 7 ਪਰਚੇ ਜਿਹੜੇ ਹੈ ਉਹ ਅਟੈਂਪਟ ਟੂ ਮਰਡਰ ਦੇ ਵੀ ਹੈ, ਆਰਮਸ ਐਕਟ ਹੋ ਗਏ, ਐਕਸਟੋਰਸ਼ਨ ਹੋ ਗਈ, ਆਰਮਡ ਰੋਬਰੀ ਹੋ ਗਈ ਅਤੇ ਸ਼ਹਿਰ 'ਚ ਵੱਖ ਵੱਖ ਥਾਂ 'ਚ ਐਕਸਟੋਰਸ਼ਨ ਕਰਦਾ ਸੀਗਾ ਟਾਈਮ ਟੂ ਟਾਈਮ, ਛੋਟੀ ਮੋਟੀ ਐਕਸਟੋਰਸ਼ਨ, ਟੈਕਸੀ ਸਟੈਂਡ ਹੋ ਗਏ, ਆਟੋ ਸਟੈਂਡ ਹੋ ਗਏ, ਕੋਈ ਢਾਬਾ ਓਨਰਸ ਹੋ ਗਏ, ਉਹਨਾਂ ਤੋਂ ਇਹ ਐਕਸਟੋਰਸ਼ਨ ਕਰਦਾ ਸੀਗਾ। ਪਿੱਛੇ ਲੱਗੇ ਹੋਏ ਸੀਗੇ, 3-4 ਮਹੀਨੇ ਤੋਂ ਲੱਗੇ ਹੋਏ ਸੀਗੇ, ਇਹ ਆਊਟਸਾਈਡ ਸਟੇਟ ਚਲਾ ਗਿਆ ਸੀਗਾ, ਇਹਨੂੰ ਖਬਰ ਹੋ ਗਈ ਸੀਗੀ, ਫਿਰ ਕੁਛ ਦਿਨਾਂ ਤੋਂ ਇਹ ਵਾਪਸ ਸੀਗਾ, ਫਿਰ ਇਹਨੂੰ ਨੈਪ ਕਰ ਲਿਆ ਗਿਆ। ਸਰ, ਇਹ ਪਿਛਲੇ ਦਿਨ ਯਾਨੀ ਕਿ ਕੋਈ ਸਾਲ ਡੇਢ ਸਾਲ ਪਹਿਲਾਂ ਜੇਲ੍ਹ ਤੋਂ ਵੀ ਛੁੱਟ ਕੇ ਆਇਆ ਹੈਗਾ ਔਰ ਲਗਾਤਾਰ ਇੱਦਾਂ ਦੀਆਂ ਗਤੀਵਿਧੀਆਂ 'ਚ ਇਨਵੋਲਵ ਹੈਗਾ ਔਰ ਹੁਣ ਵੀ ਇਹਨੇ ਕੋਈ ਇੱਕ ਪਲਾਨ ਕੀਤਾ ਸੀਗਾ ਕੋਈ ਗਤੀਵਿਧੀ ਕਰਨ ਦਾ? ਸੀਗੇ ਦੇ ਪਲਾਨ ਸੀਗੇ, ਬਟ ਇਟ ਇਜ਼ ਟੂ ਅਰਲੀ ਟੂ ਕਮੈਂਟ ਔਨ ਇਟ, ਕਿ ਇੰਟਰਵੀਗੇਸ਼ਨ ਇਹਦੀ ਚੱਲ ਰਹੀ ਹੈ, ਜਿਵੇਂ ਕੁਛ ਹੋਊਗਾ ਤੁਹਾਨੂੰ ਦੱਸ ਦਿੱਤਾ। ਕਿੰਨੇ ਦਿਨ ਦਾ ਰਿਮਾਂਡ ਲਿਆ ਹੈਗਾ ਅਤੇ 3 ਦਿਨ ਦਾ ਰਿਮਾਂਡ? 3 ਦਿਨ ਦਾ ਰਿਮਾਂਡ ਜੀ। ਧੰਨਵਾਦ ਗੱਲਬਾਤ ਕਰਨ ਲਈ। ਤਾਂ ਇਹ ਸਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਜਿਨ੍ਹਾਂ ਨੇ ਕਲੀਅਰ ਕੀਤਾ ਕਿ 3 ਦਿਨ ਦਾ ਰਿਮਾਂਡ ਲਿਆ ਔਰ ਕੁਝ ਹੋਰ ਵੀ ਇਹਦੇ ਨਾਲ ਐਸੋਸੀਏਟ ਹੈਗੇ ਨੇ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਏਗਾ। ਪਰ ਫਿਲਹਾਲ 3 ਦਿਨ ਦੇ ਰਿਮਾਂਡ ਤੋਂ ਬਾਅਦ ਜਿਹੜੀ ਪੁੱਛ ਗਿੱਛ ਹੁੰਦੀ ਕੀ ਸਾਹਮਣੇ ਨਿਕਲ ਕੇ ਆਉਂਦਾ ਆਉਣ ਵਾਲੇ ਸਮੇਂ ਦੱਸੇਗਾ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ TV, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।